ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਕਮਲ, ਦੱਸੋ ਤੁਹਾਡਾ ਇੱਥੇ ਸਾਡੇ IVF ਸੈਂਟਰ, ਡਾਕਟਰ ਰਿਮੀ ਸਿੰਘਾਂ ਦੇ ਸੈਂਟਰ 'ਤੇ ਤੁਹਾਡਾ ਸਾਰਾ ਸਫ਼ਰ ਕਿਵੇਂ ਰਿਹਾ ਇਨਫਰਟੀਲਿਟੀ ਤੋਂ ਲੈ ਕੇ ਹੁਣ ਤੱਕ ਪ੍ਰੈਗਨੈਂਸੀ ਤੱਕ? ਬਹੁਤ ਵਧੀਆ। ਥੋੜ੍ਹਾ ਪ੍ਰੋਪਰ ਦੱਸੋ, ਸਾਰਾ ਡਿਟੇਲ ਦੱਸੋ ਕਿ ਤੁਸੀਂ ਪਹਿਲਾਂ ਕਿੱਥੋਂ ਟ੍ਰੀਟਮੈਂਟ ਲਿਆ ਅਤੇ ਇੱਥੇ ਤੁਸੀਂ ਕਿਵੇਂ ਆਏ ਅਤੇ ਕਿਵੇਂ ਸਾਰਾ, ਇੱਕ ਵਾਰ ਥੋੜ੍ਹਾ 4-5 ਲਾਈਨਾਂ 'ਚ ਐਕਸਪਲੇਨ ਕਰ ਦਿਓ। ਅਤੇ ਮੈਮ ਅਸੀਂ ਪਹਿਲਾਂ ਅਤੇ ਮੋਹਾਲੀ ਵੀ ਆਏ ਆਰ ਕੇ ਚਿੰਮਾ ਮੈਮ ਦੇ, ਅਤੇ ਅਸੀਂ ਖੈਡ ਵੀ ਗਏ ਅਤੇ ਰਾਜਪੁਰਾ ਵੀ ਗਏ ਅਸੀਂ। ਉਸ ਤੋਂ ਬਾਅਦ ਸਾਨੂੰ ਮੈਮ ਬਾਰੇ ਪਤਾ ਲੱਗਿਆ, ਅਤੇ ਡਾਕਟਰ ਬਲਜੀਤ ਨੇ ਸਾਨੂੰ ਦੱਸਿਆ ਸੀ ਮੈਮ ਬਾਰੇ, ਅਤੇ ਉਸ ਤੋਂ ਬਾਅਦ ਅਤੇ ਫਿਰ ਇੱਥੇ ਆਏ ਅਸੀਂ। ਅਤੇ ਜਦੋਂ ਡਿਲੀਵਰੀ ਤੋਂ ਬਾਅਦ ਤੁਹਾਨੂੰ ਇੱਥੇ ਦੀਆਂ ਫੈਸਿਲਿਟੀਜ਼ ਕਿਵੇਂ ਦੀਆਂ ਲੱਗੀਆਂ ਡਾਕਟਰ ਰਿਮੀ ਸਿੰਘਾਂ ਦੇ IVF ਸੈਂਟਰ 'ਤੇ? ਬਹੁਤ ਵਧੀਆ ਲੱਗਿਆ ਮੈਮ, ਇੱਥੇ ਕੋਈ ਦਿੱਕਤ ਨਹੀਂ ਸੀ ਅਤੇ ਬਹੁਤ ਵਧੀਆ ਲੱਗਿਆ। ਥੋੜਾ ਕੇਸ ਜਿਵੇਂ ਇੰਨਾ ਕੰਪਲਿਕੇਟਿਡ ਸੀ, ਸ਼ੂਗਰ ਸੀ ਕਮਲ ਨੂੰ, BP ਵੀ ਸੀ ਨਾਲ, ਪਹਿਲਾਂ ਤੋਂ ਆਪਰੇਸ਼ਨ ਵੀ ਹੋਏ ਹੋਏ ਸੀ, ਥਾਇਰਾਇਡ ਵੀ ਸੀ, ਤੁਹਾਡੇ ਦਿਮਾਗ ਦੇ ਵਿੱਚ, ਦਿਲ ਦੇ ਵਿੱਚ ਕਾਫੀ ਉਹ ਡਰ ਸੀਗਾ, ਉਹ ਤੁਹਾਨੂੰ ਕਿਵੇਂ ਮਤਲਬ ਲੱਗਿਆ ਉਹ ਸਾਰਾ ਥੋੜਾ ਜਿਹਾ ਦੱਸੋ। ਮੈਮ ਉਹ ਤਾਂ ਵੀ ਡਰ ਤਾਂ ਬਹੁਤ ਸੀ ਅਤੇ ਮੈਡਮ ਅਸੀਂ ਦੱਸਿਆ ਵੀ ਸੀ, ਅਤੇ ਮੈਮ ਨੇ ਫਿਰ ਟ੍ਰੀਟਮੈਂਟ ਸ਼ੁਰੂ ਕੀਤਾ ਅਤੇ ਨਾਲ ਸਾਨੂੰ ਬੜਾ ਵਧੀਆ ਲੱਗਿਆ, ਕੋਈ ਸਾਨੂੰ ਦਿੱਕਤ ਨਹੀਂ ਆਈ। ਓਕੇ ਜੀ, ਥੈਂਕ ਯੂ। ਠੀਕ ਹੈ।